ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਇਸ ਵੇਲੇ ਆਪਣੇ ਪੈਰਾਂ 'ਤੇ ਤੁਰਦੀ ਪਈ ਹੈ। ਸੁਖਬੀਰ ਸਿੰਘ ਬਾਦਲ ਆਪਣਾ ਕੰਮ ਕਰੀ ਜਾ ਰਹੇ, ਆਸੇ ਪਾਸੇ ਜੋ ਹੋ ਰਿਹਾ ਕੋਈ ਪਰਵਾਹ ਨਹੀਂ ਉਹਨਾਂ ਨੂੰ, ਉਹ ਆਪਣੀ ਯਾਤਰਾ ਕੱਢੀ ਜਾ ਰਹੇ, ਉਹ ਆਪਣੀ ਪਾਰਟੀ ਨੂੰ ਸਟਰੋਂਗ ਕਰਨ 'ਤੇ ਲੱਗੇ ਹੋਏ ਨੇ। ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਦੀ ਹੀ ਇੱਕ ਤਸਵੀਰ ਸਾਹਮਣੇ ਆ ਰਹੀ ਹੈ, ਇੱਕ ਵੀਡੀਓ ਸਾਹਮਣੇ ਆ ਰਹੀ ਹੈ, ਜਿਸ ਦੇ ਵਿੱਚ ਪੁਲਿਸ ਵਾਲਿਆਂ ਦੇ ਨਾਲ ਰਾਬਤਾ ਕਰ ਰਹੇ ਨੇ ਸੁਖਬੀਰ ਬਾਦਲ। ਸੁਖਬੀਰ ਬਾਦਲ ਦਾ ਕਾਫਲਾ ਲੰਘਦਾ ਥਾਣੇ ਅੱਗਿਓਂ ਅਤੇ ਉੱਥੇ ਹੀ ਪੁਲਿਸ ਵਾਲੇ ਬਾਹਰ ਖੜ੍ਹ ਜਾਂਦੇ ਨੇ ਦੇਖਣ ਵਾਸਤੇ ਕਿ ਸੁਖਬੀਰ ਬਾਦਲ ਆ ਰਹੇ ਨੇ। ਸੁਖਬੀਰ ਬਾਦਲ ਪੁਲਿਸ ਵਾਲਿਆਂ ਨੂੰ ਦੇਖਦਿਆਂ ਸਾਰ ਕੁਝ ਇਹੋ ਜਿਹੀ ਟਿੱਪਣੀ ਕਰਦੇ ਨੇ ਕਿ ਪੁਲਿਸ ਵਾਲੇ ਹੱਥ ਜੋੜ ਲੈਂਦੇ ਨੇ। ਪੁਲਿਸ ਵਾਲਿਆਂ ਦੇ ਹੱਥ ਜੋੜ ਕੇ ਸੁਖਬੀਰ ਬਾਦਲ ਨੇ ਇਹੋ ਜਿਹਾ ਕੀ ਕਹਿ ਦਿੱਤਾ। ਉੱਦਾਂ ਵੀ ਸੁਖਬੀਰ ਸਿੰਘ ਬਾਦਲ ਪੁਲਿਸ ਦੇ ਨਾਲ ਖਾਸੀ ਨੇੜਤਾ ਰੱਖਦੇ ਨੇ। ਸੁਖਬੀਰ ਸਿੰਘ ਬਾਦਲ ਦਾ ਪ੍ਰਸ਼ਾਸਨ ਦੇ ਨਾਲ ਕਾਫੀ ਲਗਾਵ ਹੈਗਾ ਹੈ, ਉਹਨਾਂ ਦੀ ਕਾਫੀ ਨੇੜਤਾ ਪ੍ਰਸ਼ਾਸਨ ਦੇ ਨਾਲ ਰਹੀ ਹੈ। ਪਰ ਸੁਖਬੀਰ ਸਿੰਘ ਬਾਦਲ ਨੇ ਚੱਲਦੇ ਕਾਫਲੇ ਦੇ ਵਿੱਚ ਪੁਲਿਸ ਵਾਲਿਆਂ ਨੂੰ ਇਹੋ ਜਿਹਾ ਕੀ ਕਹਿ ਦਿੱਤਾ ਕਿ ਪੁਲਿਸ ਵਾਲੇ ਹੱਥ ਜੋੜ ਕੇ ਖੜ੍ਹ ਗਏ, ਪੁਲਿਸ ਵਾਲੇ ਥਾਣੇ ਦੇ ਬਾਹਰ ਹੀ ਹੱਥ ਜੋੜ ਕੇ ਖੜ੍ਹ ਗਏ ਸੁਖਬੀਰ ਸਿੰਘ ਬਾਦਲ ਦੇ ਅੱਗੇ। ਇਹ ਹੈਰਾਨੀ ਦੀ ਗੱਲ ਹੈ। ਆਖਿਰਕਾਰ ਕੀ ਕੁਝ ਬੋਲੇ ਨੇ ਸੁਖਬੀਰ ਬਾਦਲ, ਆਓ ਤੁਹਾਨੂੰ ਸੁਣਾ ਦਿੰਦੇ। ਸਾਰੇ ਮੁਲਾਜ਼ਮ ਐਕਟ ਪਾਇਓ ਤੱਕੜੀ ਨੂੰ, ਭਰਤੀ ਮੈਂ ਹੀ ਕੀਤਾ ਸਾਰਿਆਂ ਨੂੰ ਬੱਚਿਆਂ ਨੂੰ ਦਾ। ਸਾਰੇ ਮੁਲਾਜ਼ਮ ਐਕਟ ਪਾਇਓ ਤੱਕੜੀ ਨੂੰ, ਭਰਤੀ ਮੈਂ ਹੀ ਕੀਤਾ ਸਾਰਿਆਂ ਨੂੰ ਬੱਚਿਆਂ ਨੂੰ ਦਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।